जदों पुत्र दा घर विच जन्म हुंदा मापे पाल दे नाल प्यार मित्रो खुशी मापिआं नूं उदों फिर होर चढ़दी जदों पुत कबड्डी खेडण लई हो जाए तैयार मित्रो जे उह किसे चंगे उस्ताद दी निगाह चढ़ जाए उह दिंदे ने फिर निखार मित्रो इदां बिणक फिर मामा दे बली पुत उह बणदे ने सुपरस्टार मित्रो उह बणदे ने सुपरस्टार मित्रो। सत श्री अकाल दोस्तों, आपां सारी जाणदे आ दिड़बे दी कबड्डी बारे कि दिड़बे दी कबड्डी जिहड़ी बहुत वड्डी है। दिड़बे दी धरती ने लगातार साडी खेड कबड्डी नूं सुपर डुपर स्टार खिडारी साडी मां खेड कबड्डी दे दित्ते आ। ਉਹ ਸਟਾਰ ਕਿੱਦਾਂ ਬਣਦੇ ਆ, ਉਹ ਕਿਵੇਂ ਮਿਹਨਤਾਂ ਲਾਉਂਦੇ ਆ, ਕਿਵੇਂ ਉਹਨਾਂ ਦਾ ਨਾਂ ਫਿਰ ਗਰਾਊਂਡਾਂ ਵਿੱਚ ਬੜੇ ਮਾਣ ਨਾਲ ਬੋਲਿਆ ਜਾਂਦਾ ਕਿ ਆਹ ਗੱਭਰੂ ਦਿੜਬੇ ਦੀ ਧਰਤੀ ਦਾ ਉਹ ਸਟਾਰ ਹੈ ਜਿਹਨੇ ਹਰ ਮੁਲਕ ਵਿੱਚ ਕਬੱਡੀ ਖੇਡੀ ਹੈ, ਹਰ ਮੁਲਕ ਵਿੱਚ ਧੁੰਮਾਂ ਪਾਈਆਂ। ਸੋ ਇਹ ਆ ਕੈਂਪ ਵੱਲ ਝਾਤ ਮਾਰੋ ਦੋਸਤੋ। ਇਹ ਪਲੇਅਰ ਲਗਾਤਾਰ ਸਵੇਰੇ ਉੱਠ ਕੇ ਪਹਿਲਾਂ ਲੰਮੀ ਕਰੋਸ ਕੰਟਰੀ ਲਾਉਂਦੇ ਆ, ਕਰੋਸ ਕੰਟਰੀ ਲਾਉਣ ਤੋਂ ਬਾਅਦ ਫਿਰ ਸਟੇਡੀਅਮ ਦੇ ਵਿੱਚ ਆ ਕੇ ਗਰਾਊਂਡ ਦੀ ਜਿਹੜੀ ਪ੍ਰੈਕਟਿਸ ਕਰਦੇ ਆ, ਲੰਮਾ ਸਮਾਂ ਇਹ ਇਸ ਗਰਾਊਂਡ ਵਿੱਚ ਮਿਹਨਤ ਕਰਦੇ ਆ। ਅਤੇ ਇਹ ਜਿਹੜਾ ਕੈਂਪ ਹੈ ਇਹ ਰਣ ਸਿੰਘ ਰਣੀਏ ਨੇ ਇਸ ਵਾਰ ਦਿੜਬੇ ਦੇ ਸ਼ਹੀਦ ਬਚਨ ਸਿੰਘ ਖੇਡ ਸਟੇਡੀਅਮ 'ਚ ਲਗਾਇਆ ਹੋਇਆ, ਜਿੱਥੇ ਸੈਂਕੜੇ ਖਿਡਾਰੀ ਹਰ ਰੋਜ਼ ਪੂਰੀ ਸਖ਼ਤ ਮਿਹਨਤ ਕਰਦੇ ਆ, ਜਿਨ੍ਹਾਂ ਦੇ ਵਿੱਚ ਕਬੱਡੀ ਦੇ ਵੱਡੇ ਮੱਲ ਸੰਦੀਪ ਲੁੱਦਰ ਵਰਗੇ, ਧਿਆਨੇ ਵਰਗੇ, ਸੱਤੀ ਵਰਗੇ ਅਤੇ ਨਾਲ ਮਨ ਸਿੰਘ ਵਰਗੇ, ਜੱਸੀ ਧੂੜ ਵਰਗੇ, ਭੀਮ ਵਰਗੇ, ਜੱਸੇ ਵਰਗੇ, ਸ਼ੈਲੀ ਵਰਗੇ, ਬੱਬੂ ਵਰਗੇ, ਲੱਖੇ ਢੰਡੋਲੀ ਵਰਗੇ, ਕਾਜੂ ਵਰਗੇ, ਸਾਰੀ ਜਿੰਨੇ ਵੀ ਲੱਡੂ ਦਗਾਲ ਵਰਗੇ ਜਿੰਨੇ ਵੀ ਖਿਡਾਰੀ ਆ ਉਹ ਇੱਥੇ ਹਰ ਰੋਜ਼ ਮਿਹਨਤ ਕਰਦੇ ਆ। ਆਹ ਵੇਖੋ ਰਣ ਸਿੰਘ ਰਣੀਆ ਅਤੇ ਨਾਲ ਪ੍ਰੋ ਕਬੱਡੀ ਲੀਗ ਦਾ ਸਟਾਰ ਮਨਿੰਦਰ ਸਿੰਘ ਮਨੀ ਵੀ ਨਾਲ ਹੈ, ਇਹਨਾਂ ਖਿਡਾਰੀਆਂ ਨੂੰ ਮਿਹਨਤ ਕਰਵਾਉਣ ਦੇ ਲਈ ਉਹ ਵੀ ਵੱਡਾ ਯੋਗਦਾਨ ਪਾ ਰਿਹਾ। ਆਹ ਵੇਖੋ ਸੰਦੀਪ ਲੁੱਦਰ ਹੋਰੀ, ਲੱਡੂ ਦਗਾਲ ਹੋਰੀ ਲਗਾਤਾਰ ਬਹੁਤ ਲੰਮਾ ਸਮਾਂ ਪੂਰੀਆਂ ਐਕਸਰਸਾਈਜ਼ਾਂ ਕਰਦੇ ਆ ਅਤੇ ਆਪਣੇ ਆਪ ਨੂੰ ਫਿੱਟ ਕਰਨ ਦੇ ਲਈ ਆਉਣ ਵਾਲੇ ਕਬੱਡੀ ਦੇ ਸੀਜ਼ਨ ਲਈ ਬਿਲਕੁਲ ਤਿਆਰ ਕਰਦੇ ਹੋਏ ਆ। ਸਖ਼ਤ ਮਿਹਨਤ ਚੱਲਦੀ ਹੈ। ਚਮਕੌਰ ਸਿੰਘ ਵੀ ਦਿੜਬੇ ਵਾਲਾ ਦੇਖੋ ਨਾਲ ਆ, ਇਹ ਸਵੇਰ 5 ਵਜੇ ਤੋਂ ਲੈ ਕੇ ਤਕਰੀਬਨ 8:30 ਅਤੇ 9 ਵਜੇ ਤੱਕ ਲਗਾਤਾਰ ਇਹ ਖਿਡਾਰੀ ਇੰਨੀ ਸਖ਼ਤ ਹੱਡ ਤੋੜਵੀਂ ਮਿਹਨਤ ਕਰਦੇ ਆ। ਆਪਾਂ ਕਹਿ ਦਿੰਦੇ ਕਿ ਦਿੜਬੇ ਦਾ ਸੰਦੀਪ ਲੁੱਦਰ ਹੈ, ਦਿੜਬੇ ਵਾਲਾ ਧਿਆਨ ਹੈ, ਦਿੜਬੇ ਵਾਲਾ ਸੱਤੀ ਆ, ਦਿੜਬੇ ਵਾਲਾ ਖੁਸ਼ੀ ਆ, ਲੱਖਾ ਦਗਾਲ ਹੈ, ਲੱਡੂ ਦਗਾਲ ਹੈ, ਲੱਖਾ ਢੰਡੋਲੀ ਆ, ਕਾਜੂ ਹੈ, ਬੱਬੂ ਹੈ, ਉਹ ਸਾਰੀ ਪਲੇਅਰ ਮੇਰੇ ਮਿੱਤਰੋ ਇੱਥੇ ਮਿਹਨਤ ਕਰਦੇ ਆ। ਇਸ ਵਾਰ ਰਣੀਏ ਨੇ ਇਹ ਜ਼ਿੰਮੇਵਾਰੀ ਆਪਣੇ ਮੋਢਿਆਂ 'ਤੇ ਲਈ ਹੈ ਅਤੇ ਸਖ਼ਤ ਮਿਹਨਤ ਆਪ ਕਰਦਾ ਮਨਿੰਦਰ ਮਨੀ ਦੇ ਨਾਲ ਅਤੇ ਸਾਰੇ ਲੁੱਦਰ ਵਰਗੇ ਸਾਰੇ ਖਿਡਾਰੀਆਂ ਨੂੰ ਖੁਦ ਮਿਹਨਤ ਕਰਵਾ ਰਿਹਾ। ਇਹ ਸੀ ਅੱਜ ਦਿੜਬਾ ਦੇ ਕੈਂਪ ਦਾ ਇੱਕ ਨਜ਼ਾਰਾ। ਅਗਲੀ ਵਾਰ ਫਿਰ ਤੁਹਾਨੂੰ ਇਸੇ ਤਰ੍ਹਾਂ ਹੋਰ ਕਿਸੇ ਕੈਂਪ ਦੀ ਦ੍ਰਿਸ਼ ਦਿਖਾਵਾਂਗੇ। ਧੰਨਵਾਦ।